ਨਹੀਂ ਜੇ ਤੁਸੀਂ ਅਨਾੜੀਓ ਸੀ ਤੇ ਸਰਕਾਰ ਕਰ ਲਈ ਫੜੀ ਹੋਵੇ ਹੈ ਅੰਨਾ ਮਾਰੇ ਅੰਨੀ ਨੂੰ ਘਸੁੰਨ ਵਜੇ ਥੰਮੀ ਨੂੰ ਹੈ ਕਹਿੰਦਾ ਜੀ ਅਫਸਰਾਂ ਨੂੰ ਵੀ ਟ੍ਰੇਨਿੰਗ ਦੇਣੀ ਹੈ ਆਪ ਵੀ ਟ੍ਰੇਨਿੰਗ ਦੇਣੀ ਹੈ ਦਿਖਾਓ ਹੁਣ ਦੇ ਕੇ ਸਾਰੇ ਪੰਜਾਬ ਨੂੰ ਫ੍ਰੀ ਬਿਜਲੀ 600 ਯੂਨਿਟ ਤੇ ਕਿੱਥੋਂ ਲਿਆਓਗੇ ਪੈਸੇ 20,000 crore ਰੁਪਇਆ ਰੇਤੇ ਸੇ ਨਿਕਾਲੂੰਗਾ ਨਿਕਾਲ 15 to 16,000 ਹੋਈ ਪਈ ਹੈ ਟਰਾਲੀ ਮਿਲਦਾ ਨੀ ਉਹ ਜਦੋਂ ਸਾਡੀ ਕਾਂਗਰਸ ਦੀ ਸਰਕਾਰ ਸੀ ਅਸੀਂ 3700 ਤੇ ਰੌਲਾ ਪਾਉਂਦੇ ਸੀ 800 ਰੁਪਈਆ ਸੈਂਕੜਾ ਸੀ ਤੇ 3700 ਨੂੰ ਮਿਲਦੀ ਸੀ ਟਰਾਲੀ ਤੇ ਮੈਂ ਉਦੋਂ ਵੀ ਸਰਕਾਰ ਨੂੰ ਕਹਿੰਦਾ ਸੀ ਮਹਿੰਗਾ ਤੇ ਅੱਜ ਪਹਿਲਾਂ 1800 ਨੂੰ ਹੈ ਹੁਣ 4000 ਸੈਂਕੜਾ ਟਰਾਲੀ 3000 ਤੋਂ 4000 ਸੈਂਕੜਾ ਟਰਾਲੀ ਲੈ ਕੇ ਦਿਖਾਵੇ ਗਰੀਬ ਆਦਮੀ 16000 ਦਾ ਇਹਨਾਂ ਤਾਂ ਅਕਾਲੀਆਂ ਦੀ ਸਰਕਾਰ ਚ ਨਹੀਂ ਹੋਇਆ ਸੀ ਕੀਤਾ ਕੀ ਹੈ ਤੁਸੀਂ 600 ਯੂਨਿਟ ਕਿਹਾ ਸੀ ਸਾਰੇ ਪੰਜਾਬ ਨੂੰ ਫ੍ਰੀ ਕਰਾਂਗੇ ਸਾਰੇ ਪੰਜਾਬ ਨੂੰ ਬੋਲੋ ਕਿਹਾ ਸੀ ਕਿ ਨਹੀਂ ਕਿਹਾ ਸੀ ਹੈਂ ਤੁਸੀਂ ਵੰਡੀਆਂ ਪਾਤੀਆਂ ਤੁਸੀਂ ਜਾਤ ਪਾਤ ਚ ਵੰਡਤਾ ਪੰਜਾਬ ਗੁਰੂ ਸਾਹਿਬਾਨਾਂ ਨੇ ਕਿਹਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨਵੋ ਦੱਸ ਕਿੱਥੋਂ ਲਿਆਏਗਾ ਇਹ 6,000 crore ਰੁਪਈਆ ਵੀ ਤਾਂ ਕਿਹਾ ਵੀ 1 July ਤੋਂ ਸ਼ੁਰੂ ਕਰੂੰਗਾ ਕਿਉਂ ਪੰਜਾਬ ਦੀ ਪਿੱਠ ਦੇ ਉੱਤੇ ਪੱਪ ਲਾ ਕੇ ਹਿਮਾਚਲ ਪ੍ਰਦੇਸ਼ ਜਾਣਾ ਗੁਜਰਾਤ ਜਾਣਾ ਉੱਥੇ ਝੂਠ ਬੋਲਣਾ ਉੱਥੇ ਝੂਠ ਵੇਚਣਾ ਅਰੇ ਸ਼ਰਮ ਆਉਣੀ ਚਾਹੀਦੀ ਹੈ ਕਿ 1 ਮਹੀਨੇ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਵੀ ਚਾਅ ਪੂਰਾ ਹੋ ਗਿਆ ਮੈਨੂੰ ਫਿਕਰ ਇਸ ਗੱਲ ਦੀ ਹੈ ਕਿ ਜਦੋਂ 16000 ਮੈਗਾਵਾਟ ਦੇ ਉੱਤੋਂ ਡਿਮਾਂਡ ਆਈ ਤੇ ਪੰਜਾਬ 2 ਰੁਪਈਏ ਦੀ ਬਿਜਲੀ ਅੱਜ 17 ਨੂੰ ਖਰੀਦ ਰਿਹਾ 16 ਨੂੰ ਖਰੀਦ ਰਿਹਾ ਮੈਂ ਆਪਣੇ ਛੋਟੇ ਭਾਈ ਭਗਵੰਤ ਮਾਨ ਨੂੰ ਯਾਦ ਕਰਾਉਣਾ ਚਾਹੁੰਦਾ ਕਿ 2021 ਚ ਇਹ ਅਮਨ ਅਰੋੜਾ ਤੇ ਉਹਨਾਂ ਦੀ ਸਾਰੀ ਬਰਾਤ ਲਗਾੜੇ ਦੇ ਲਗਾੜੇ ਉਹਦੇ 100 ਅਸੀਂ ਪੀਪੀਏ ਕੈਂਸਲ ਕਰ ਦਿਆ ਤੇ ਹੁਣ ਅਫਸਰਾਂ ਦੇ ਮੂੰਹ ਵੱਲ ਝਾਕਦਾ ਬਿੱਲੋੜੀ ਝਾਕਦੀ ਹੁੰਦੀ ਹੈ ਜਿਵੇਂ ਐ ਪਤਾ ਹੀ ਕੁਛ ਨਹੀਂ ਅੱਲੇ ਹੀ ਕੁਛ ਨਹੀਂ ਦਿੱਲੀ ਜਾਵਾਂਗੇ ਪੁੱਛ ਕੇ ਆਵਾਂਗੇ ਬੱਲੇ ਹੋ ਤੇਰੇ ਦਿੱਲੀ ਵਾਲੇ ਨੇ ਰਬੜ ਦਾ ਗੋਡਾ ਫੜ ਲਿਆ ਚਾਬੀ ਦੇ ਕੇ ਟੁੱਕ 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 ਜੇ ਜਦੋਂ ਮੁੱਕ ਜਾਂਦੀ ਐ ਖੜ ਜਾਂਦਾ ਸੁਣਾ ਨਾ ਹੁਣ ਆ ਕੇ ਗੱਲ ਕਰ ਨਾ ਹੁਣ ਇੱਥੇ ਆ ਕੇ ਤਲਵੰਡੀ ਸਾਬੋ ਦਾ ਜਿਹੜਾ ਥਰਮਲ ਪਲਾਂਟ ਹੈ 5 ਦਿਨਾਂ ਦਾ ਕੋੜਾ ਨੂੰ ਤੇ ਅਸੀਂ ਅਖੀਰ ਦੇ ਵਿੱਚ 1 PPA ਕੈਂਸਲ ਕਰਤਾ ਸੀ ਤੇ ਬਾਕੀ ਕਿਆ ਅਸੀਂ ਕਰਾਂਗੇ ਤੇ ਤੂੰ ਦੱਸ ਭਾਈ ਕੀ ਕੀਤਾ ਤੇ ਜੇ ਕੋਲਾ ਨਾ ਆਇਆ ਔਰ ਥਰਮਲ ਪਲਾਂਟਾਂ ਵਾਲਿਆਂ ਨੇ ਪਲਾਂਟ ਬੰਦ ਕਰਤਾ ਜਿਹੜੇ ਆਲਰੇਡੀ ਹੋਏ ਪਏ ਨੇ 3 ਸਿਰਫ ਇਸ ਰਾਜਪੁਰੇ ਵਾਲੇ ਥਰਮਲ ਪਲਾਂਟ ਕੋਲ 18 ਦਿਨਾਂ ਦਾ ਕੋਲਾ ਤੇ ਜੇ ਬੰਦ ਕਰਤਾ ਔਰ ਜਤਾਂ ਨੇ ਲਾਣੀ ਹੋਈ ਉਦੋਂ ਜੀਰੀ ਤੇ ਹੁਣ ਤਾਂ 3 ਘੰਟੇ ਆਉਂਦੀ ਹੈ ਤੇ ਫਿਰ ਡੱਬਾ ਹੀ ਗੁੱਲ ਕਰਤਾ ਬਿਜਲੀ ਹੈ ਹੀ ਨਹੀਂ ਤੇ ਦਈਓ ਕਿੱਥੋਂ ਤੇ ਤਾਂ ਵੱਜਣਗੀਆਂ ਕਿ ਨਹੀਂ ਵੱਜਣਗੀ ਪੰਜਾਬ ਚ ਖੜਕੂ ਕਿ ਨਹੀਂ ਖੜਕੂ ਹੈ ਜੀ ਤੁਸੀਂ ਮੈਨੂੰ ਦੱਸੋ ਮੈਂ ਅੱਜ ਪੁੱਛਦਾ ਕਿ ਭਾਈ ਤੁਸੀਂ ਅਗਲੇ 2 ਮਹੀਨਿਆਂ ਦੇ ਵਿੱਚ 16000 ਮੈਗਾਵਾਟ ਬਿਜਲੀ ਦੇਣੀ ਹੈ ਤੁਸੀਂ ਦੱਸੋ ਕੀ ਇਤਿਹਾਸ ਹੈ ਤੁਹਾਡੇ ਕੋਲ ਕੀ ਤੁਹਾਡੇ ਕੋਲ ਕੋਲਾ ਪੂਰਾ ਹੈ ਕੋਈ ਪੈਨਲਟੀ ਲਾਈ ਹੈ ਤੁਸੀਂ ਥਰਮਲ ਪਲਾਂਟਾਂ ਨੂੰ ਵੀ ਕਿਹਾ ਵੀ ਇੰਨਾ ਕੋਲਾ ਹੋਣਾ ਚਾਹੀਦਾ ਉਹ ਤੇ ਬਲੈਕਮੇਲ ਕਰਦੇ ਫਿਰਦੇ ਵੀ ਹੁਣ ਬਿਜਲੀ ਵੀ ਮਹਿੰਗੀ ਦੇਵਾਂਗੇ ਉਹ ਪੁਰਾਣਾ ਇੱਕ ਬੰਦਾ ਸੀ ਉਹਦਾ ਵਿਆਹ ਨਹੀਂ ਸੀ ਹੁੰਦਾ ਉਹਨੇ ਪੀਰ ਬਾਬੇ ਮੁਖਤਿਆਰ ਸਿੰਘ ਦੇ ਉੱਥੇ ਸੁੱਖਣਾ ਸੁੱਖੀ ਵੀ ਬਾਬਾ ਮੇਰਾ ਵਿਆਹ ਕਰਾ ਦੇ ਮੈਂ 40 ਦਿਨ ਦੇਸੀ ਘਿਓ ਦੇ ਚਰਾਗ ਲਾਉਂ ਉਹਨੇ ਲਾਏ ਜੀ ਦੇਸੀ ਘਿਓ ਦੀ ਪੀਪੀ ਚੋਰੀ ਕਰਕੇ 39 ਦਿਨ ਬਾਲੇ
जो 40वां दिन आया उन्हें 20 बाले सी पिछों आवाज आई मुख्तियार सिंह ओए उन्हें कहा लै भी मुकलावा ही आ गया। कहना दस लम्मी है उच्ची है सोहनी है। फिर थोड़ी देर बाद आवाज आई उन्हें फटोफट 100 बाले। कहना मुख्तियार सिंह ओए कहना दस। कहना मुख्तियार सिंह तेरी मां मर गई ओए। कहना वाओ तेरे वीर बाबा बलटोई ते नवी लाड़ी तक की देनी सी मेरे बापू वाली भी खोई। ला सुना ला चुटकला भगवंत दें जवाब तू जो पल्ले सी कहता दे खोले हो ते आज कहने हो भी असी वादा खिलाफी नहीं चाहिए। मैं पहले दिन कहा 24 घंटिया दे विच तेरे सुप्रीमो ने बरगाड़ी का इंसाफ करांगे। मैं क्या हरे पेन के नाल 36,000 मुंडिया जे कच्चे ने उन्होंने पक्के करा तेरे घर के बाहर बैठे ने धरना ला के उन्होंने को जाऊ ठोक के मारो तारी क्यों उन्होंने को उठे भी खोलू थोड़े पोतड़े। जे स्याही मुक गई हरे पेन की तो 10 मित्रा अं भेज दें पेना नाल नहीं इच्छा शक्ति नाल राजनीति चलाकी की नहीं चुरत की है। 100 भेडा मूहरे एक शेर ला दो ते भेडा शेर हो जाती है ते 100 शेरा मूहरे एक भेड़ ला दो ते शेर ढेर हो जाते हैं ते दहा ना जोरत अज दहा जोरत तू तो रबड़ वाला गुट है आवाज नहीं निकलती दहा हूं कह हूं आखड़ा नवजोत सिंह सिद्धू ला हूं आ तू बहस कर लो मतलब कहता इन्हें जिदू चार नौ मैं कहना बहस कर लो आ ला कर बहस जिथे मर्जी रख बस ते दस तू पैसे कितों लेगा पल्ले फुटी कौड़ी नहीं नाम करोड़ी मल तुरंत की ताकत नहीं नाम मजबूत खान। यह पीपीए जदों साइन होए सी वीरो असी वाइट पेपर इशू किया सरकार के खिलाफ वाइट पेपर उन्हें कहा कि जिहड़ियां पिछलियां सरकारां जिन्हों कैप्टन अमरिंदर सिंह कंबल पा के लुका रहा बादलों ने 2-2 रुपये की बिजली 17-17 रुपये के कॉन्ट्रैक्ट कर ले जी जमीन